ਤਾਂ ਸਰਕਾਰੀ ਹਸਪੀਟਲ ਦੇ ਵਿੱਚੋਂ ਇੱਕ ਨਾਮੀ ਗੈਂਗਸਟਰ ਫਰਾਰ ਹੋ ਗਿਆ। ਤਰਨ ਤਰਨ ਦੇ ਸਿਵਲ ਹਸਪੀਟਲ ਤੋਂ ਇਹ ਵੱਡੀ ਖਬਰ ਸਾਹਮਣੇ ਆਈ। ਦੋ ਬਦਮਾਸ਼ ਬੰਦੂਕ ਦੀ ਨੋਕ ਤੇ ਗੈਂਗਸਟਰ ਰਾਜੂ ਸ਼ੂਟਰ ਨੂੰ ਛੁਡਵਾ ਕੇ ਲੈ ਗਏ ਨੇ। ਐਨਕਾਊਂਟਰ ਤੋਂ ਬਾਅਦ ਰਾਜੂ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ। ਦਸੰਬਰ ਮਹੀਨੇ ਦੇ ਵਿੱਚ ਪੁਲਿਸ ਨੇ ਝਵਾਲ ਤੋਂ ਕਾਬੂ ਕੀਤਾ ਸੀ। ਹੁਣ ਹਸਪੀਟਲ ਚੋਂ ਨਾਮੀ ਗੈਂਗਸਟਰ ਫਰਾਰ ਹੋ ਗਿਆ। ਦੋ ਬਦਮਾਸ਼ ਆਏ, ਬੰਦੂਕ ਦੀ ਨੋਕ ਤੇ ਆਪਣੇ ਸਾਥੀ ਨੂੰ ਛੁਡਵਾ ਕੇ ਲੈ ਗਏ। ਰਾਜੂ ਸ਼ੂਟਰ ਦਾ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਸ਼ੂਟਰ ਤੇ ਬੈਂਕ ਲੁੱਟ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਸਨ। ਤਾਂ ਤੜਕੇ 2 ਵਜੇ ਮੋਟਰਸਾਈਕਲ ਤੇ ਰਾਜੂ ਸ਼ੂਟਰ ਦੇ ਸਾਥੀ ਆਏ, ਹਥਿਆਰਾਂ ਦੇ ਜ਼ੋਰ ਤੇ ਆਪਣੇ ਸਾਥੀ ਨੂੰ ਛੁਡਵਾ ਕੇ ਲੈ ਗਏ। ਤਾਂ ਦੱਸ ਦਈਏ ਕਿ ਰਾਜੂ ਸ਼ੂਟਰ, ਜਿਸ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਸੀ, ਲੱਤ ਦੇ ਵਿੱਚ ਗੋਲੀ ਵੱਜੀ ਸੀ, ਤਾਂ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਤਾਂ ਤੜਕੇ 2 ਵਜੇ ਮੋਟਰਸਾਈਕਲ ਤੇ ਸਾਥੀ ਆਏ, ਜਿਨ੍ਹਾਂ ਨੇ ਹਥਿਆਰਾਂ ਦੇ ਜ਼ੋਰ ਤੇ ਨਾਮੀ ਗੈਂਗਸਟਰ ਰਾਜੂ ਸ਼ੂਟਰ ਨੂੰ ਛੁਡਵਾ ਲਿਆ ਔਰ ਮੌਕੇ ਤੋਂ ਫਰਾਰ ਹੋ ਗਏ। ਪਿਛਲੇ ਸਾਲ ਟੋਟੀਆਂ ਵਿਖੇ ਬੈਂਕ ਡਕੈਤੀ ਅਤੇ ਹੋਰ ਅਪਰਾਧਿਕ ਮਾਮਲਿਆਂ ਦੇ ਵਿੱਚ ਇਹ ਰਾਜੂ ਸ਼ੂਟਰ ਨਾਮਜ਼ਦ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਐਨਕਾਊਂਟਰ ਦੇ ਦੌਰਾਨ। ਤਾਂ ਸਰਕਾਰੀ ਹਸਪੀਟਲ ਦੇ ਵਿੱਚ ਇਸ ਦਾ ਇਲਾਜ ਚੱਲ ਰਿਹਾ ਸੀ, ਤਾਂ ਇਸ ਨੂੰ ਇਸ ਦੇ ਸਾਥੀ ਛੁਡਵਾ ਕੇ ਲੈ ਗਏ ਤੜਕੇ 2 ਵਜੇ। ਤਾਂ ਨਾਮੀ ਗੈਂਗਸਟਰ ਰਾਜੂ ਸ਼ੂਟਰ ਹੁਣ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਦੇ ਵੱਲੋਂ ਵੱਖ ਵੱਖ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਤਾਂ 2 ਬਦਮਾਸ਼ ਬੰਦੂਕ ਦੀ ਨੋਕ ਤੇ ਰਾਜੂ ਸ਼ੂਟਰ ਨੂੰ ਛੁਡਵਾ ਕੇ ਲੈ ਗਏ ਨੇ। ਤਾਂ ਸਰਕਾਰੀ ਹਸਪੀਟਲ ਦੇ ਵਿੱਚੋਂ ਇੱਕ ਨਾਮੀ ਗੈਂਗਸਟਰ ਫਰਾਰ ਹੋ ਗਿਆ। ਤਰਨ ਤਰਨ ਦੇ ਸਿਵਲ ਹਸਪੀਟਲ ਤੋਂ ਇਹ ਵੱਡੀ ਖਬਰ ਸਾਹਮਣੇ ਆਈ। ਦੋ ਬਦਮਾਸ਼ ਬੰਦੂਕ ਦੀ ਨੋਕ ਤੇ ਗੈਂਗਸਟਰ ਰਾਜੂ ਸ਼ੂਟਰ ਨੂੰ ਛੁਡਵਾ ਕੇ ਲੈ ਗਏ ਨੇ। ਐਨਕਾਊਂਟਰ ਤੋਂ ਬਾਅਦ ਰਾਜੂ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ। ਦਸੰਬਰ ਮਹੀਨੇ ਦੇ ਵਿੱਚ ਪੁਲਿਸ ਨੇ ਝਵਾਲ ਤੋਂ ਕਾਬੂ ਕੀਤਾ ਸੀ। ਹੁਣ ਹਸਪੀਟਲ ਚੋਂ ਨਾਮੀ ਗੈਂਗਸਟਰ ਫਰਾਰ ਹੋ ਗਿਆ। ਦੋ ਬਦਮਾਸ਼ ਆਏ, ਬੰਦੂਕ ਦੀ ਨੋਕ ਤੇ ਆਪਣੇ ਸਾਥੀ ਨੂੰ ਛੁਡਵਾ ਕੇ ਲੈ ਗਏ। ਰਾਜੂ ਸ਼ੂਟਰ ਦਾ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਸ਼ੂਟਰ ਤੇ ਬੈਂਕ ਲੁੱਟ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਸਨ। ਤਾਂ ਤੜਕੇ 2 ਵਜੇ ਮੋਟਰਸਾਈਕਲ ਤੇ ਰਾਜੂ ਸ਼ੂਟਰ ਦੇ ਸਾਥੀ ਆਏ, ਹਥਿਆਰਾਂ ਦੇ ਜ਼ੋਰ ਤੇ ਆਪਣੇ ਸਾਥੀ ਨੂੰ ਛੁਡਵਾ ਕੇ ਲੈ ਗਏ। ਤਾਂ ਦੱਸ ਦਈਏ ਕਿ ਰਾਜੂ ਸ਼ੂਟਰ, ਜਿਸ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਸੀ, ਲੱਤ ਦੇ ਵਿੱਚ ਗੋਲੀ ਵੱਜੀ ਸੀ, ਤਾਂ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਤਾਂ ਤੜਕੇ 2 ਵਜੇ ਮੋਟਰਸਾਈਕਲ ਤੇ ਸਾਥੀ ਆਏ, ਜਿਨ੍ਹਾਂ ਨੇ ਹਥਿਆਰਾਂ ਦੇ ਜ਼ੋਰ ਤੇ ਨਾਮੀ ਗੈਂਗਸਟਰ ਰਾਜੂ ਸ਼ੂਟਰ ਨੂੰ ਛੁਡਵਾ ਲਿਆ ਔਰ ਮੌਕੇ ਤੋਂ ਫਰਾਰ ਹੋ ਗਏ। ਪਿਛਲੇ ਸਾਲ ਟੋਟੀਆਂ ਵਿਖੇ ਬੈਂਕ ਡਕੈਤੀ ਅਤੇ ਹੋਰ ਅਪਰਾਧਿਕ ਮਾਮਲਿਆਂ ਦੇ ਵਿੱਚ ਇਹ ਰਾਜੂ ਸ਼ੂਟਰ ਨਾਮਜ਼ਦ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਐਨਕਾਊਂਟਰ ਦੇ ਦੌਰਾਨ। ਤਾਂ ਸਰਕਾਰੀ ਹਸਪੀਟਲ ਦੇ ਵਿੱਚ ਇਸ ਦਾ ਇਲਾਜ ਚੱਲ ਰਿਹਾ ਸੀ। ਤਾਂ ਇਸ ਨੂੰ ਇਸ ਦੇ ਸਾਥੀ ਛੁਡਵਾ ਕੇ ਲੈ ਗਏ ਤੜਕੇ 2 ਵਜੇ। ਤਾਂ ਨਾਮੀ ਗੈਂਗਸਟਰ ਰਾਜੂ ਸ਼ੂਟਰ ਹੁਣ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਦੇ ਵੱਲੋਂ ਵੱਖ ਵੱਖ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਤਾਂ 2 ਬਦਮਾਸ਼ ਬੰਦੂਕ ਦੀ ਨੋਕ ਤੇ ਰਾਜੂ ਸ਼ੂਟਰ ਨੂੰ ਛੁਡਵਾ ਕੇ ਲੈ ਗਏ ਨੇ।